बिस्मिल्लाहिर्रहमानिर्रहीम, अस्सलाम वालेकुम। कैसे हो मेरे बहन भाई? उम्मीद करती हूँ कि मेरे बहन भाई सब खुश होंगे, आबाद होंगे। अल्लाह मेरे बहन भाई को खुश रखे, आबाद रखे। सी प्यारी सी दुआ दे नाल आई ते लोग दा कर दिया अंदाज। जिन्ना बहन भाई ने प्यारी बेटियां चैनल ने सब्सक्राइब नहीं किया, सब्सक्राइब कर लो, बेल दा बटन प्रेस कर लो, ताकि आने वाली वीडियो पर वक्त मेरे बहन भाई तक पहुंचती रहे। बाकी जो भी सीन होगा अपने बहन भाई ने शेयर करो। आयो ना बटन ਓਏ ਲਾਈ ਵੀ ਕਰੇ ਮਾਰ ਦੇ ਕਿਉਂ ਮਾਰ ਹਾਂ ਜੀ ਐਂ ਕਰਕੇ ਨਾ ਜਿਹੜਾ ਕੰਮ ਜਿਹੜਾ ਨਾ ਬਾਅਦ ਟਾਈਮ ਪੂਰਾ ਹੋ ਜੇ ਬੜੀ ਮਿਹਰਬਾਨੀ। ਅੱਛਾ ਜੀ ਹੁਣ ਭਾਈ ਭਾਈ ਰਾਸ਼ਦ ਨੂੰ ਆ ਕੇ ਖਾਣਾ ਵਗੈਰਾ ਚਾਹ ਪੀ ਕੇ ਤੇ ਹੁਣ ਉੱਧਰ ਆਏ ਭਾਈ ਸਾਜੇ ਦਾ ਮਾਮੂ ਨੇ ਤੇ ਭਾਈ ਨੇ ਇੱਧਰ ਹੀ ਲੇਟਣਾ, ਮੈਂ ਭਾਈ ਰਾਸ਼ਦ ਨਾਲ ਲੇਟੂਗੀ ਤੇ ਬਾਕੀ ਇਹ ਨਾ ਬਹਿ ਕੇ ਗੱਪ ਸ਼ਪ ਕਰਦੇ ਆ ਮਾਮੂ ਨਾਲ, ਭਾਈ ਰਾਸ਼ਦ ਨਾਲ ਭਾਈ ਸਾਜੇ ਨਾਲ। ਬਿਸਤਰੇ ਤੇ ਬੈਠੇ ਉੱਧਰ ਹੀ ਸਾਡੇ ਵੀ ਛਾਏ ਹੋਏ ਸੀ, ਅੱਜ ਦਾਵਤ ਉੱਧਰ ਸੀ ਨਾ, ਲੇਕਿਨ ਮੈਂ ਜਰਾ ਇੱਧਰ ਥੋੜਾ ਮਾਸ਼ਾਅੱਲਾ ਇੱਧਰ ਰਾਸ਼ ਥੋੜਾ ਘੱਟ ਆ ਸਾਜੇ ਦਾ। ਨਾਨਾ ਸਾਹਿਬ ਮਾਸ਼ਾਅੱਲਾ ਲੈ ਫੈਮਿਲੀ ਵੱਡੀ ਹੈਗੀ, ਮੈਂ ਕਿਹਾ ਚੱਲ ਉੱਧਰ ਨਾ ਕੋਈ ਪ੍ਰੋਬਲਮ ਨਾ ਬਣੇ, ਜਗ੍ਹਾ ਤੇ ਹੈ ਸਾਰਾ ਕੁਛ ਅਲਹਮਦੁਲਿਲਾ। ਫੈਮਿਲੀ 420 ਉੱਧਰ ਹੈ, नींद भी बड़ा माहौल है अल्लाह पाक का बहुत। मैं यानी कि दसिया ना जो हम पहले आए देर बाद हो जो आना दोबारा दोबारा फिर मंदिर एक गल ऐसी होंगी कई भैन भरावान ने नहीं सानू पहचान दे होंगे या नहीं सुनी होंगी कि यानी कि अगे उ मजूसी का आलम से कई बार बच्चे भी हम गए इतना सारे मिल के सी पापा है मैं पुत्र है फिर ना मगरों जिहड़ियां ससां आउंदियां कहिंदियां वेख्या मेरे सोहणे दा भोरा कि मूंह निकल आया गए जो नानकियां दे जदों नानकियां नाल वेख ला माशाअल्लाह बेगम आ जाती है ओ बीबिया की आदत जो 50 रुपये बेगम नू देते दे पै गए तवीत 60 पै गए तवीत 10 बीबिया शुगली तौर में गल दिया कर बाकी जी अल्लाह ताला जिंदगी दे मेरे भैन भाइयों नू माशाअल्लाह मैं उस बाद अल्लाह ने एक दुनियावी तौर ते सानू बनाया होया पर असीं वी ओह सारे नहीं कि जिहड़ा सारा अपना घर अपना ही हुंदा कहिंदे भावे होवे कखां नहीं भुली जां जिस तरीके दा होवे असीं ओह सारे नहीं दे लै सकदे। अल्लाह ताला सबर ही आ देवे इनू भी और बच्चों भी उन्हों की जिंदगी अच्छे तरीके ना दराज करे। मैं बड़ा शुक्रगुजार अपने भैन भाइयों का, मेरा सलाम अपनी पूरी यूट्यूब फैमिली को जिन्होंने साड़ी इस भैन के चैनल के नाल बड़ी तरजीह दी और बड़ा टाइम दिता और बड़ा लाइक किया शेयर किया और बड़ा ही शुक्रिया उन्होंने कि जिन्हों की वजह के नाल चैनल जरा ना थोड़ा जहा वाइज टाइम घट आ मेरा ख्याल सब्सक्राइबर का पूरा हो गया इंशाल्लाह। उम्मीदवार जिस तरह मेरे भैन भाइयों ने शाद वीर और रावत वीर उन्होंने प्यार मुहबत दिता उस तो भी वध के साड़ी इस भैन दिता थोड़ी भी भैन है इंशाल्लाह तो मेरे भैन का और साड़िया मावं का और भाइयों का बड़ा शुक्रिया। ਥੋੜਾ ਜਿਹਾ ਵਾਇਸ ਟਾਈਮ ਘੱਟ ਆ ਕੇ ਥੋੜਾ ਜਿਹਾ ਨਾ ਉਹ ਵੀਡੀਓ ਨੂੰ ਤਕਰੀਬਨ ਮੁਕੰਮਲ ਵਾਚ ਕਰਿਆ ਕਰੋ ਕਿ ਤਾਂ ਕਿ ਉਹਦੀ ਵਜ੍ਹਾ ਨਾਲ ਮਿਹਰਬਾਨੀ ਹੋਊਗੀ ਤੁਹਾਡੀ ਕਿ ਟਾਈਮ ਜਿਹੜਾ ਪੂਰਾ ਹੋ ਸਕੇ। ਮਿਹਨਤ ਬਹੁਤ ਕਰਦੀ ਹੈ ਵਿਚਾਰੀ, ਵਿਚਾਰੀ ਦੇਸੋ ਪਰਦੇਸ ਬੈਠੀ ਹੈ ਇਸ ਟਾਈਮ
ਬੱਚੇ ਜਿਹੜੇ ਮਗਰ ਸਕੂਲ ਦੀ ਵਜ੍ਹਾ ਨਾਲ ਛੱਡੇ ਹੋਏ ਉਹ ਉਦਾਸ ਹੋ ਕੇ ਫਿਰ ਹੁੰਦੇ ਆ, ਇਹਨੂੰ ਕਿਸੇ ਟਾਈਮ ਖਿਆਲ ਆ ਜਾਂਦਾ ਜੇ ਇੱਥੇ ਦਿਲ ਬੁਰਾ ਕਰ ਲੈਂਦੀ ਕਿ ਬੱਚੇ ਉੱਥੇ ਆ ਤੇ ਮੈਂ ਇੱਥੇ ਆ, ਇਸੇ ਤਰ੍ਹਾਂ ਰੁਜ਼ਗਾਰ ਦੇ ਮਾਮਲੇ ਦੇ ਵਿੱਚ ਕਿ ਰੁਜ਼ਗਾਰ ਦਾ ਇਹਦਾ ਹੱਕ ਵੀ ਬਣਦਾ ਕਿਉਂਕਿ ਬੇਸਹਾਰਾ ਇੱਕ ਸਾਹਿਬ ਦੀ ਕਿ ਇਹ ਚੈਨਲ ਦੇ ਜ਼ਰੀਏ ਅੱਗੇ ਕਿਸੇ ਦੀ ਮਹਤਾਜ ਨਾ ਹੋਏਗੀ, ਤੁਹਾਡੇ ਭੈਣ ਭਾਈਆਂ ਦਾ ਬੈਲ ਦਾ ਬਟਨ ਪ੍ਰੈਸ ਕਰਨਾ, ਦੌੜੋ ਦੌੜ ਮੁਕੰਮਲ ਵੀਡੀਓ ਵਾਚ ਕਰਨਾ, ਇੱਕ ਨਾ ਇੱਕ ਦਿਨ ਉਹ ਆਏਗਾ ਇਸ ਵਿਚਾਰੀ ਦੀ ਆਪਣੀ ਉਹ ਜਿੰਨੀ ਕੁ ਜ਼ਰੂਰਤ ਆ ਨਾ ਇਹਦੀ, ਅੱਲਾਹ ਪਾਕ ਉਹਨੂੰ ਦੇ ਉਹਦਾ ਸਬਬ ਲੱਗ ਜਾਏਗਾ, ਬੱਚਿਆਂ ਦਾ ਰੋਜ਼ਗਾਰ ਦਾ ਬਹਾਨਾ ਖੁੱਲ ਜਾਏਗਾ। ਠੀਕ ਹੋ ਗਿਆ ਜੀ, ਹੋਰ ਨੈਟ ਤੇ ਆਉਣਾ ਇਸ ਕੈਮਰੇ ਤੇ ਆਉਣਾ ਮੇਰੇ ਭੈਣ ਭਾਈ ਉਹ ਕੋਈ ਸ਼ੌਕ ਨਹੀਂ ਹੁੰਦਾ, ਬਹੁਤ ਔਖਾ ਬਹੁਤ ਔਖਾ ਹੈ, ਮਜਬੂਰੀਆਂ ਵੀ ਲੈ ਕੇ ਆਉਂਦੀਆਂ ਔਰ ਇਸ ਕੈਮਰੇ ਤੇ ਆਉਣ ਦੀ ਮਜਬੂਰੀ ਦਾ ਜਿਹੜਾ ਮੁੱਲ ਆ ਮੇਰੇ ਭੈਣ ਭਾਈ ਪਾ ਸਕਦੇ ਆ ਜਾਂ ਸੋਹਣੇ ਮਾਲਕ ਦੀ ਜ਼ਾਤ ਦੇ ਸਕਦੀ ਹੈ ਕਿ ਉਹਦੇ ਹੁਕਮ ਦੇ ਨਾਲ ਤੁਸੀਂ ਮੇਰੇ ਭੈਣ ਭਾਈ ਥੋੜੀ ਥੋੜਾ ਟਾਈਮ ਦਿਓਗੇ ਇਸ ਵੀਡੀਓ ਨੂੰ ਵਾਚ ਕਰੋਗੇ ਜਾਂ ਇਹਨੂੰ ਸ਼ੇਅਰ ਲਾਈਕ ਕਰੋਗੇ ਕਿ ਚਲੋ ਉਸ ਗਰੀਬਣੀ ਦਾ ਨਾ ਇੱਥੇ ਰਹਿਣਾ ਜਿਹੜਾ ਛੇਤੀ ਹੋ ਜਾਏਗਾ, ਵੀ ਅਸੀਂ ਸੋਚਦਾ ਵੀ ਇਹਦਾ ਵਾਚ ਟਾਈਮ ਪੂਰਾ ਪੂਰੀ ਟਾਈਮ ਹੋ ਜਾਵੇ ਤਾਂ ਕਿ ਆਪਣੇ ਬੱਚਿਆਂ 'ਚ ਜਾ ਸਕੇ, ਖੁਦ ਤਿਆਰ ਕਰ ਸਕੇ ਸਕੂਲ ਜਾਣ ਲਈ, ਖੁਦ ਆਇਆਂ ਨੂੰ ਦੇਖ ਸਕੇ ਜਾ ਸਕੇ। ਬਾਕੀ ਕਿਉਂ ਤੁਹਾਡੇ ਭੈਣ ਭਾਈਆਂ ਦੀ ਚਾਹੀਦੀ ਹੈ, ਬੜੀ ਮਿਹਰਬਾਨੀ ਸ਼ੁਕਰੀਆ। ਬਾਕੀ ਜੋ ਵੀ ਸੀਨ ਹੋਇਆ ਸਾਰੇ ਭੈਣ ਭਾਈ ਬੈਠੇ, ਅਫਜ਼ਲ ਵੀਰ ਤੁਸੀਂ ਵੀ ਕੁਛ ਕਹਿਣਾ ਚਾਹੋਗੇ? ਮਾਸ਼ਾਅੱਲਾ ਯੂਟਿਊਬ ਪਰ ਅਸੀਂ ਤੇ ਜੀ ਮਹਿਸੂਸ ਨਹੀਂ ਕਰਨਾ, ਮੈਂ ਤੇ ਸਾਜਿਦ ਭਾਈ ਕਹਿ ਗਏ ਜੀ ਟੂ ਯੂਪਰ ਲਾ ਲਓ, ਕੈਲੰਡਰ ਆ, ਹਾਂਜੀ ਕੈਲੰਡਰ ਆ, ਕੈਲੰਡਰ ਅਸੀਂ ਹੈਗੇ ਜੀ ਇੱਕ ਧਿਆਨ ਕੈਲੰਡਰ ਦੀ, ਧਿਆਨ ਕਰੀਦਾ ਕੀ ਕਰਦੇ ਆ ਤੇ ਅਸੀਂ ਦੋਵੇਂ ਬੰਦੇ ਨਾਲ ਹੀ ਧਿਆਨਤਾ ਹੈ ਤੇ ਕੋਈ ਡਰਦੇ ਨਾ ਮਰਾ ਕਿਤੇ ਹੱਥ ਨਾ ਵਿੱਚ ਆ ਜਾਏ, ਹਾਂਜੀ ਇਹ ਤੇਜੀ ਜਿਹੜਾ ਵਾ ਇਹ ਤਾਂ ਉਹ ਦੱਸਦੇ ਕੀ ਉਹ ਜੀ ਉਹ ਫੇਰ ਜਾ ਕੇ ਨਾੜੀ ਬੰਦਾ ਡਰਦਾ ਹੀ ਹੁੰਦਾ, ਇੱਕ ਬੰਦੇ ਦਾ ਝਾਕਾ ਦਿੱਤਾ ਹੁੰਦਾ ਇੱਕ ਨੂੰ ਸਮਝ ਨਹੀਂ। ਘਿਓ ਦਾ ਡੱਬਾ ਪੁਰਾਣਾ ਦੌਰ ਦੀ ਸਾਡੇ ਬਚਪਨ ਤੋਂ ਪਹਿਲੇ ਦੀ ਗੱਲ, ਬਲਕਿ ਬੜੇ ਸਰੀਰ ਦੇ ਟਾਈਮ ਦੇ, ਉਹਨੇ ਜਾ ਕੇ ਜਿਹੜਾ ਡੱਬਾ ਸੀ ਘਿਓ ਵਾਲਾ ਘਰੋਂ ਬੇਗਮ ਦਾ ਆਰਡਰ ਸੀ ਵੀ ਜਿਹਦੇ ਗੁਆਨ ਦੀ ਬਾਬਾ, ਤੇ ਉਹਨੇ ਜਾ ਕੇ ਉਹ ਹੈਂਡਲ ਨਾਲ ਲਾ ਤਾ ਲੱਗ ਦਾ ਜਿਵੇਂ ਟੰਗਿਆ ਇਹਨਾਂ ਦੇ ਜਨਾਬ ਜੀ ਉਹ ਗੱਡੀ ਖਲੋ, ਉਹ ਰਾਲਾ ਰਾਲਾ ਵੀ ਕੀ ਐਮਰਜੈਂਸੀ, ਜਦੋਂ ਪੁੱਛਿਆ ਜਾ ਕੇ ਉਹਨੇ ਕਿਹਾ ਉਹ ਜਦੋਂ ਵੇਖਿਆ ਤਾਂ ਹੈਂਡਲ ਖਿੱਚਿਆ ਡੱਬਾ ਥੱਲੇ ਲੁੱਟਾ ਤੇ ਉਹਨੇ ਕਿਹਾ ਡੱਬਾ ਕਿਹਨੇ ਟੰਗਿਆ, ਉਹਨੇ ਕਿਹਾ ਭਾਈ ਆ ਮੈਂ ਟੰਗਿਆ, ਉਹਨੇ ਕਿਹਾ ਬਾਬਾ ਤੈਨੂੰ ਪਤਾ ਨੀ ਵੀ ਨਹੀਂ ਖਿੱਚੀ ਦਾ ਹੈਗਾ ਗੱਡੀ ਰੁਕ ਜਾਂਦੀ, ਕਹਿੰਦਾ ਇਹਦਾ ਚਾਲਾ ਕਮਾਲ ਹੈ, ਕਮਾਲ ਤੇ ਦੇਸੀ ਘਿਓ ਖੜੀ ਖੜੀ ਹੈ ਉਹ ਭਾਈ ਇਹਦਾ ਬੜਾ ਕਮਾਲ ਹੈ, ਸਾਡੇ ਜਦੋਂ ਡਰ ਹੁੰਦਾ ਵੇਖੋ ਜੀ ਪਹਿਲੇ ਬੜੇ ਭਲੇ ਦੌਰ ਸੀ, ਅੱਛਾ ਕੱਚੇ ਮਕਾਨ ਸੀ, ਤੰਦੂਰ ਦੀਆਂ ਰੋਟੀਆਂ ਸੀ, ਦੇਸੀ ਘਿਓ ਸੀ, ਇੱਕ ਵੰਡ ਮਿਸਬਾ ਵੀਡੀਓ ਜਿਹੜੀ ਅੱਛੀ ਹੁੰਦੀ ਉਹ ਜੀ। ਅੱਗੇ ਮੈਂ ਮੋਬਾਈਲ ਦੇ ਬਾਰੇ ਸ਼ੁਕਰ ਕੀਤਾ ਸੀ ਭੈਣ ਭਾਈਆਂ ਨਾਲ ਵੀ ਕਿਤੇ ਹੱਥ ਤਰ੍ਹਾਂ ਵਿੱਚ ਆਜੂਗਾ, ਉਹ ਗੱਲ ਇਹ ਹੈ ਕਿ ਪਹਿਲੇ ਭਲੇ ਦੌਰ ਸੀ, ਕੱਚੇ ਮਕਾਨ ਸੀ, ਢੱਗਿਆਂ ਦੀਆਂ ਵਾਹੀਆਂ ਸੀ, ਮਕਸਦ ਕਈ ਭਰਾ ਮੇਰੇ ਉਰਦੂ ਬੋਲਦੇ ਹੋਣਗੇ ਬੈਲ, ਬੈਲਾਂ ਦੀਆਂ ਵਾਹੀਆਂ ਉਹਨਾਂ ਨਾਲ ਹਲ ਵਾਹੇ ਜਾਂਦੇ ਸੀ, ਹੁਣ ਟਰੈਕਟਰਾਂ ਨਾਲ ਵਾਹੇ ਜਾਂਦੇ ਜ਼ਮੀਨਾਂ ਦੇ ਵਿੱਚ, ਫਸਲ ਬਾੜੀਆਂ ਬੀਜੀਆਂ ਜਾਂਦੀਆਂ, ਉਹ ਏਦਾਂ ਹੀ ਨਾ ਹਲ ਵਾਹੁਣ ਵਾਲੇ ਢੱਗਿਆਂ ਵਾਲੇ ਜਦੋਂ ਟਰੈਕਟਰਾਂ ਦਾ ਦੌਰ ਆਇਆ ਉਹ ਯੋਗ ਵਾਲੇ ਨੇ ਕਿਹਾ ਪਰਾਂ ਵੇਚੋ ਇਹਨੂੰ ਕਿੱਥੇ ਇੰਨੇ ਗੇੜੇ ਕੱਢ ਕੱਢ ਕੇ ਟਰੈਕਟਰ ਲੈ ਲਓ, ਟਰੈਕਟਰ ਤੇ ਕਿਸੇ ਨੇ ਗੇਅਰ ਦੱਸਤਾ ਤੇ ਉਹ ਬੜਾ ਖੁਸ਼ ਵੀ ਇਹ ਤਾਂ ਨੌ ਫਾਲੇ ਨਹੀਂ ਆਉਂਦਾ ਤੇ ਨੌ ਦੱਸ ਲਈ ਜਾਂਦਾ, ਜਦੋਂ ਖਿਡਾਰਨਾ ਸੀ ਉਹਨੂੰ ਪਤਾ ਕੀ ਕਵੇ ਉਹ ਨਹੀਂ ਜੀ ਕਵੇ ਗੇਅਰ ਕਹਿੰਦਾ ਉਹ ਖਲੋ ਤੈਨੂੰ ਛੁਰੀ ਮਾਰਾਂ ਖਲੋ ਤੈਨੂੰ ਢੱਗਿਆ ਵਾਲਾ ਹੀ ਤੈਨੂੰ ਕਹਾਂ ਤੈਨੂੰ ਦਵਾਂ ਕਸਾਈਆਂ ਨੂੰ ਉਹ ਤੈਨੂੰ ਛੁਰੀ ਮਾਰਾਂ, ਉਹ ਮਕਸਦ ਇਹ ਵੀ ਉਹ ਟਰੈਕਟਰ ਨੂੰ ਪਤਾ ਢੱਗੇ ਤੇ ਦੱਬ ਜਾਂਦੇ ਸੀ ਬਹੁਤ ਜਾਂ ਸੁਣ ਲੈਂਦੇ ਸੀ, ਇਸ ਕਰਕੇ ਮੈਂ ਕਹਿੰਦਾ ਸੀ ਜੀ। ਬਾਕੀ ਬੜੀ ਸੋਹਣੀ ਵੀਡੀਓ ਬਣ ਗਈ, ਲੰਬੀ ਹੋਈ ਜਾ ਰਹੀ ਹੈ, ਬਾਕੀ ਜਿਹੜਾ ਵੀ ਕੋਈ ਟਾਪਿਕ ਹੋਇਆ ਭਾਈ ਅਫਜ਼ਲ ਵੀਰ ਤੁਹਾਡੇ ਨਾਲ ਸ਼ੇਅਰ ਕਰਨਾ।
ਟੱਪ ਗਈ ਆ ਬਾਈ ਜੀ ਕਿ ਅੱਗੇ ਅਸੀਂ ਉੱਥੇ ਰਹਿੰਦੇ ਸੀਗੇ ਕਾਫੀ ਦੇਰ ਪਹਿਲਾਂ ਇੱਥੇ ਆਏ ਸੀਗੇ ਉਦੋਂ ਇੰਨੀ ਹੋਸ਼ ਵਾਲੀ ਸੀਗੀ ਛੋਟੇ ਸੀਗੇ ਕਾਫੀ ਜ਼ਿਆਦਾ ਤੇ ਉੱਥੇ ਜਾਣਾ ਫਿਰ ਉੱਥੇ ਕੋਈ ਇੱਡੀ ਨਾ ਜਿਵੇਂ ਇੱਥੇ ਹੁਣ ਤੁਸੀਂ ਮਾਸ਼ਾਅੱਲਾ ਸਾਰੇ ਭੈਣ ਭਾਈ ਇਕੱਠੇ ਭਾਈ ਆਪਸ ਬਸ਼ਾ ਸਾਰੇ ਵੀ ਇੱਕ ਦੂਸਰੇ ਵੱਲ ਜਾਂਦੇ ਆ ਉੱਥੇ ਨਹੀਂ ਸੀ ਸਾਡੇ ਕੋਈ ਇਹ ਚੀਜ਼ਾਂ ਹੈ ਨਹੀਂ ਕਿਉਂਕਿ ਸਾਡਾ ਇਕੱਲਾ ਹੀ ਘਰ ਆ ਤੇ ਉਹ ਇਸ ਵਜ੍ਹਾ ਨਾਲ ਨਾ ਥੋੜੀ ਦੇਰੀ ਹੋਈ ਆ ਤਕਰੀਬਨ ਸਾਲ ਕੁ ਹੋਇਆ ਮੇਰੀ ਸਟੱਡੀ ਖਤਮ ਹੋਈ ਆ ਤੇ ਫੇਰ ਹੁਣ ਪਹਿਲਾਂ ਤਾਂ ਸਟੱਡੀ ਚ ਬਿਜ਼ੀ ਰਹਿੰਦੇ ਸੀਗੇ ਤੇ ਹੁਣ ਸਟੱਡੀ ਖਤਮ ਹੋਈ ਤੇ ਹੁਣ ਅੱਬੂ ਲੈ ਗਿਆ ਆ ਤੇ ਹੁਣ ਇੱਥੇ ਆਣ ਕੇ ਪਤਾ ਲੱਗਾ ਕਿ ਆਹ ਮੇਰੇ ਸਾਡੇ ਭਾਈ ਜੀ ਨਾਮ ਸੁਣਿਆ ਸੀ ਉਦੋਂ ਇੰਨੀ ਵੀ ਐਵੇਂ ਨਹੀਂ ਸੀ ਨਾ ਸ਼ਨਾਖਤ ਨਹੀਂ ਸੀਗੀ ਤੇ ਹੁਣ ਹੋਈ ਆ ਮਾਸ਼ਾਅੱਲਾ ਬੜਾ ਸਕੂਨ ਮਾਹੌਲ ਆ ਇੱਥੇ ਕੁਛ ਹੁਣ ਆਏ ਆ ਘਰ ਨੂੰ ਵੈਸੇ ਭੁੱਲਦਾ ਤਾਂ ਨਹੀਂ ਬੰਦੇ ਨੂੰ ਲੇਕਿਨ ਭੁੱਲਿਆ ਪਿਆ ਵਾ ਮੈਂ ਕਿਉਂਕਿ ਮੁਹੱਬਤ ਇੰਨੀ ਬਸ ਵੀਰ ਇਹੀ ਪਿਆਰ ਮੁਹੱਬਤ ਨਾਲ ਜਾਣੀ ਆ ਹਰ ਬਾਮ ਦੁਨੀਆਂ ਦੇ ਦੁਨੀਆਂ ਤੇ ਸੌ ਬੰਨਾ ਨਕਸ਼ੇ ਲੀਕ ਦਾ ਸੌ ਬੰਦਾ ਸੌ ਟੋਂਦਾ ਬਸ ਅੱਲਾਹ ਤਾਲਾ ਹਯਾਤੀ ਦੇ ਬਾਕੀ ਇਹਦੇ ਜਾਣੀ ਕਿ ਭੈਣਾ ਭਰਾ ਹੁੰਦੇ ਇਹਨਾਂ ਦਾ ਹੌਸਲਾ ਉਹਦੇ ਭਰਾ ਬਾਜ਼ੂ ਹੁੰਦੇ ਆ ਤੇ ਇਹਨਾਂ ਦੇ ਬੜੇ ਸਫ਼ਰ ਹੌਸਲੇ ਹੁੰਦੇ ਆ ਵੇਖੋ ਜੀ ਇੱਕ ਖ਼ਬਰ ਲੈ ਲੈਣੀ ਕਿੱਥੇ ਬਹਿ ਜਾਣਾ ਦੁੱਖ ਦੁੱਖ ਦੀ ਗੱਲ ਬੰਦਾ ਕਰ ਕੁਰ ਲੈਂਦਾ ਬੜਾ ਇੱਕ ਬੰਦੇ ਦਾ ਦਿਲ ਵੱਡਾ ਤੇ ਅੱਲਾਹ ਪਾਕ ਦੀ ਜਾਤ ਵੀ ਉਹ ਸੋਹਣਾ ਦਾ ਮਹਿਬੂਬ ਵੀ ਮਿਲਾਂਗੇ ਨੈਕਸਟ ਵੀਡੀਓ ਨਾਲ ਅੱਲਾਹ ਹਾਫਿਜ਼ ਅੱਲਾਹ ਹਾਫਿਜ਼ ਅੱਲਾਹ ਹਾਫਿਜ਼।